ਲੋਕਾਂ ਦੇ ਨਾਂ ਦੇਖਣ ਤੋਂ ਵਾਂਝੇ ਨਾ ਰਹੇ ਜੇ ਸਾਰੇ ਜਾਣ ਆਪਣੇ ਪਰਿਵਾਰ ਦੇ ਨਾਲ ਇਸ ਫਿਲਮ ਨੂੰ ਇੰਜੋਏ ਕਰਨ ਕਿਉਂਕਿ ਸਾਡੇ ਕਲਚਰ ਵੀ ਦਰਸਾਉਂਦੀ ਆ। ਪਹਿਲੀ ਵਾਰ ਆਵੇ ਇੱਕ ਮਹੀਨੇ ਦੇ ਵਿੱਚ ਦੋ ਸੰਗਰਾਂਦ ਹੋਣ, ਇੱਕ ਹੁਣ ਪਹਿਲਾਂ ਲੰਘ ਕੇ ਗਈ ਹੈ, ਇੱਕ ਅੱਜ ਦੂਜੀ ਹੈ। 22 ਮਾਰਚ ਇੱਕ ਮਹੀਨੇ 'ਚ ਦੋ ਸੰਗਰਾਂਦ, ਇਹ ਪਹਿਲੀ ਵਾਰ ਹੋਇਆ ਜੀ। ਦੇਖੋ ਇਹ ਤੁਹਾਡੇ 'ਤੇ ਹੈ ਜੀ, ਜੇ ਹੁਣ ਸਹੀ ਰਿਵਿਊਜ਼ ਜਿਹੜੇ ਹੈਗੇ ਨੇ ਲੋਕਾਂ ਤੱਕ ਤੁਸੀਂ ਪਹੁੰਚਾ ਦਿਓਗੇ, ਕਿਉਂਕਿ ਮੀਡੀਆ ਜੀ ਇੱਕ ਇਹੋ ਜਿਹੀ ਚੀਜ਼ ਹੈਗੀ ਜੀ ਜਿਹਦੇ ਜ਼ਰੀਏ ਸਹੀ ਗੱਲ ਲੋਕਾਂ ਤੱਕ ਪਹੁੰਚਦੀ ਹੈ। ਹੁਣ ਤੁਸੀਂ ਜੇ ਵਾਕਈ ਓਨੈਸਟਲੀ ਫਿਲਮ ਨੂੰ ਇੰਜੋਏ ਕੀਤਾ ਜੀ, ਤਾਂ ਬਿਲਕੁਲ ਸਹੀ ਰਿਵਿਊਜ਼ ਦਿਓ ਤਾਂ ਕਿ ਉਹਨੂੰ ਵੱਧ ਤੋਂ ਵੱਧ ਉਹ ਫੈਲਣ ਅਤੇ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਅਸੀਂ ਇੱਕ ਚੰਗੀ ਫਿਲਮ ਬਣਾਈ ਹੈ। ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਹੋਰ ਅੱਗੇ ਦੱਸਿਓ ਜੀ, ਇੱਦਾਂ ਹੀ ਮਾਊਥ ਪਬਲਿਸਿਟੀ ਦੇ ਨਾਲ ਚੇਨ ਬਣਦੀ ਹੈਗੀ ਆ, ਤਾਂ ਕਿ ਇੱਕ ਚੰਗੀ ਫਿਲਮ ਲੋਕਾਂ ਦੇ ਨਾਂ ਦੇਖਣ ਤੋਂ ਵਾਂਝੇ ਨਾ ਰਹੇ ਜੇ ਸਾਰੇ ਜਾਣ ਆਪਣੇ ਪਰਿਵਾਰ ਦੇ ਨਾਲ ਇਸ ਫਿਲਮ ਨੂੰ ਇੰਜੋਏ ਕਰਨ, ਕਿਉਂਕਿ ਸਾਡੇ ਕਲਚਰ ਵੀ ਦਰਸਾਉਂਦੀ ਆ, ਰਿਸ਼ਤਿਆਂ ਦੀ ਅਹਿਮੀਅਤ ਦੱਸਦੀ ਫਿਲਮ ਆ, ਸਾਡੀ ਪੰਜਾਬੀਅਤ ਨੂੰ ਸਾਡੇ ਵਿਰਸੇ ਨੂੰ ਦੱਸਦੀ ਫਿਲਮ ਹੈ। ਤਾਂ ਸਾਡਾ ਫਰਜ਼ ਹੈ ਜੀ ਕਿ ਅਸੀਂ ਇੱਕ ਦੂਜੇ ਨੂੰ ਦੱਸੀਏ, ਜੇ ਤੁਹਾਨੂੰ ਫਿਲਮ ਪਸੰਦ ਆਈ ਤਾਂ ਲੋਹੇ ਦੀ ਆਵਾਜ਼ ਤਾਂ ਆਈ ਸੀ ਜੀ ਵੀ ਮੈਨੂੰ ਸ਼ੂਟ ਦੇ ਵਿੱਚ, ਮੈਨੂੰ ਸ਼ੂਟ ਦੇ ਵਿੱਚ ਇਹ ਸੀਗਾ ਵੀ ਜਿਹੜਾ ਸਾਤੋਂ ਇੱਕ ਵੀ ਪੰਚ ਨਹੀਂ ਖਾਧਾ ਜਾਂ ਚੱਕਰ ਕੀ ਹੈ, ਮੈਂ ਗਣੇਸ਼ ਨਾਲ ਕਿਹਾ ਵੀ ਉਹਨੂੰ, ਪਰ ਫਿਲਮ ਦੇਖ ਕੇ ਕਲੀਅਰ ਹੋ ਗਿਆ ਕਿ ਬਣਦਾ ਸੀ ਯਾਰ, ਫਿਲਮ ਦੇਖ ਕੇ ਪਤਾ ਲੱਗਿਆ। ਕੋਈ ਨੀ, ਸੰਗਰਾਂਦ 2 ਆਊਗੀ, ਜੇ ਆਡੀਅੰਸ ਪਿਆਰ ਦਊਗੀ ਸੰਗਰਾਂਦ 2 ਚ, ਮੈਂ ਹੀ ਗੱਲ ਚੱਕੂਗੀ ਸਭ ਤੋਂ ਪਹਿਲਾਂ। ਮੈਂ ਜਦੋਂ ਐਕਸ਼ਨ ਕਰਵਾ ਰਹੇ ਸੀ ਨਾ ਗੈਵੀ ਜੀ ਨੂੰ, ਤਾਂ ਮੈਂ ਕਿਹਾ ਮੈਨੂੰ ਵੀ ਐਕਸ਼ਨ ਕਰਾਓ, ਕਹਿੰਦੇ ਸ਼ਰਨ ਆ ਜੂਗੀ ਬਾਅਦ ਹੀ ਤੇਰੀ, ਫਿਰ ਮੇਰਾ ਮੁੰਡਾ ਉਹ ਵੱਡਾ ਕਰਕੇ ਮੇਰਾ ਡਬਲ ਕਰ ਦਿਓ ਫਿਰ ਦੁਬਾਰਾ। ਨਹੀਂ ਬਿਲਕੁਲ ਜੀ, ਸਾਡਾ ਮਤਲਬ ਵੀ ਜਦੋਂ ਇਹਨਾਂ ਦਾ ਨਾਮ ਪਹਿਲੀ ਵਾਰੀ ਆਇਆ ਸੀਗਾ ਵੀ ਜਦੋਂ ਕਾਸਟਿੰਗ ਹੋ ਰਹੀ ਸੀਗੀ, ਜਦੋਂ ਇੰਦਰ ਇਹਨਾਂ ਨੇ ਦੱਸਿਆ, ਨਾਲ ਦੀ ਨਾਲ ਹੀ ਅਸੀਂ ਯੈਸ ਕਰਤਾ ਸੀਗਾ ਕਿ ਹਾਂਜੀ ਜਿੱਦਾਂ ਦੇ ਕਿਰਦਾਰ ਦੀ ਜ਼ਰੂਰਤ ਹੈਗੀ ਆ, ਸ਼ਰਨ ਪਰਫੈਕਟ ਨੇ ਉਹਦੇ ਲਈ, ਅਤੇ ਬਾਕੀ
ਇੱਕ ਐਕਟਰ ਦੀ ਇਹੀ ਖੂਬੀ ਹੁੰਦੀ ਹੈ ਜੀ, ਜੇ ਸਾਡੀ ਕੈਮਿਸਟਰੀ ਲੋਕਾਂ ਨੂੰ ਪਸੰਦ ਆ ਰਹੀ ਹੈ ਤਾਂ ਇਹਦਾ ਮਤਲਬ ਅਸੀਂ ਆਪਣੇ ਕਿਰਦਾਰਾਂ ਦੇ ਨਾਲ ਨਿਆਂ ਕੀਤਾ ਹੈਗਾ। ਸੋ ਥੈਂਕ ਯੂ ਜੀ ਸਾਰਿਆਂ ਦਾ ਸਾਡੇ ਪੇਅਰ ਨੂੰ ਪਸੰਦ ਕਰਨ ਦੇ ਲਈ। ਅਤੇ ਸਾਹਿਬ ਕੀਰਤ ਤੁਹਾਨੂੰ ਸੰਗਰਾਂਦ ਤੋਂ ਹੀ ਲੈ ਕੇ ਜਲਦੀ ਮਿਲ ਗਏ ਪਟਿਆਲਾ ਸਾਹਿਬ ਦੇ। ਨਹੀਂ ਮੈਂ ਸਭ ਤੋਂ ਜ਼ਿਆਦਾ ਤਾਂ ਇਹਨਾਂ ਦੀ ਤਾਰੀਫ ਕਰੂੰਗੀ, ਜੋ ਇਹਨਾਂ ਨੇ ਇੱਕ ਚੇਂਜ ਓਵਰ, ਤਿੰਨ ਚਾਰ ਲੁੱਕਸ, ਜਿਸ ਪੈਸ਼ਨੇਟ ਨਾਲ ਉਹਨਾਂ ਨੇ ਕਮ ਬੈਕ ਕੀਤਾ ਆ, ਸੱਚੀ ਡਿਜ਼ਰਵ ਕਰਦੇ ਨੇ ਐਪਰੀਸੀਏਸ਼ਨ, ਇੰਨੀ ਮਿਹਨਤ, ਇੰਨੀ ਡੈਡੀਕੇਸ਼ਨ। ਔਰ ਕਾਸ਼ ਮੈਂ ਚਾਹਾਂਗੀ ਮੈਨੂੰ ਵੀ ਕੋਈ ਇੱਦਾਂ ਦਾ ਕੈਰੇਕਟਰ ਮਿਲੇ ਜਿਹਦੇ 'ਚ ਮੈਂ ਟਰਾਂਸਫੋਰਮੇਸ਼ਨ ਆਪਣੇ ਆਪ ਨੂੰ ਕਰ ਸਕਾਂ ਕਰ ਸਕਦੀ ਹੈ ਜੀ। ਯੈਸ, ਆਈ ਐਮ ਵਿਲਿੰਗ ਟੂ ਡੂ ਇਟ। ਸੋ ਬਸ ਸਾਡੀ ਆਡੀਅੰਸ ਸੰਗਰਾਂਦ ਨੂੰ ਪਿਆਰ ਦੇਵੇ ਤਾਂ ਕਿ ਅਸੀਂ ਹੋਰ ਵੀ ਵਧੀਆ ਵਧੀਆ ਡਿਫਰੈਂਟ ਕੰਟੈਂਟ ਲੈ ਕੇ ਆਈਏ ਅਤੇ ਆਪਣੀ ਆਡੀਅੰਸ ਨੂੰ ਇੰਟਰਟੇਨ ਕਰੀਏ। ਸੋ ਪਲੀਜ਼ ਗਾਇਸ, ਆਪਣੇ ਨੇੜਲੇ ਥੀਏਟਰਸ ਵਿੱਚ ਜਾ ਕੇ ਫੈਮਲੀ ਫਰੈਂਡਸ ਨਾਲ ਜਾ ਕੇ ਪਲੀਜ਼ ਜ਼ਰੂਰ ਸਾਨੂੰ ਸਪੋਰਟ ਕਰੋ। ਥੈਂਕ ਯੂ ਸੋ ਮਚ। ਔਰ ਪਰਸਨਲੀ ਮੈਂ ਹਮੇਸ਼ਾ ਕਹਿੰਦੀ ਹਾਂ ਸਾਡਾ ਮੀਡੀਆ ਪਰਸਨਲੀ ਬਹੁਤ ਸਪੋਰਟ ਕਰਦਾ ਹੈ ਐਂਡ ਥੈਂਕ ਯੂ ਸੋ ਮਚ ਗਾਇਸ, ਤੁਹਾਡੇ ਬਿਨਾਂ ਆਈ ਥਿੰਕ ਪੋਸੀਬਲ ਹੀ ਨਹੀਂ ਆਰਟਿਸਟ, ਕਿਉਂਕਿ ਤੁਸੀਂ ਹੀ ਸਾਡੀ ਜ਼ਬਾਨ ਆਡੀਅੰਸ ਤੱਕ ਪਹੁੰਚਾਉਂਦੇ ਹੋ। ਸੋ ਥੈਂਕ ਯੂ ਸੋ ਮਚ ਗਾਇਸ, ਥੈਂਕ ਯੂ। ਸਾਰੇ ਆਰਟਿਸਟ ਆਈ ਥਿੰਕ ਦੇ ਆਰ ਆਲ ਵੈਲ ਪਰਫੋਰਮ ਐਵਰੀਵਨ, ਆਈ ਥਿੰਕ ਜਸਟ ਸਿਸਟਮ ਦੀ ਮਾਰੀ ਸੀ। ਮੈਨੇ ਤਾਂ ਆਪਣਾ ਕੀ ਕਹਿੰਦੇ ਨੇ ਇਮਤਿਹਾਨ ਦਿੱਤੇ ਆ ਜੀ, ਰਿਜ਼ਲਟ ਆ ਚੁੱਕਿਆ ਹੈਗਾ। ਸੋ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਪੂਰੀ ਆਡੀਅੰਸ ਦਾ ਧੰਨਵਾਦ ਜੀ ਕਿ ਉਹਨਾਂ ਨੇ ਫਿਲਮ ਨੂੰ ਪਸੰਦ ਕੀਤਾ, ਸਾਡੀ ਪਰਫੋਰਮੈਂਸਿਸ ਨੂੰ ਪਸੰਦ ਕੀਤਾ ਜੀ, ਥੈਂਕ ਯੂ। ਅਤੇ ਬਸ ਇਹੀ ਪਿਆਰ ਇੱਥੇ ਬਣਾਈ ਰੱਖਿਆ ਜੀ 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 ਬਿਲਕੁਲ ਜੀ ਬਿਲਕੁਲ ਜੀ, ਬਹੁਤ ਵਧੀਆ ਬਹੁਤ ਵਧੀਆ। ਜਿੰਨਾ ਅਸੀਂ ਮਿਹਨਤ ਨਾਲ ਕੰਮ ਕੀਤਾ ਹੈਗਾ ਪਿਛਲੇ 8 ਮਹੀਨਿਆਂ ਤੋਂ ਲੱਗੇ ਹੋਏ ਹਾਂ, ਤਾਂ ਜਦੋਂ ਲੋਕਾਂ ਦੇ ਉਹਨਾਂ ਨੇ ਕਬੂਲ ਕਰ ਲਿਆ ਸਾਡੇ ਪ੍ਰੋਜੈਕਟ ਨੂੰ ਤਾਂ ਬਹੁਤ ਖੁਸ਼ੀ ਹੈ ਜੀ, ਬਹੁਤ ਖੁਸ਼ੀ ਹੈ। ਮੇਰੇ ਲਈ ਤਾਂ ਵੈਸੇ ਹਮੇਸ਼ਾ ਹੀ ਐਕਸਾਈਟਡ ਰਹਿੰਦਾ, ਔਰ ਇਹਦੇ ਵਿੱਚ ਜਿਹੜਾ ਮੈਂ ਕਰੈਕਟਰ ਪਲੇ ਕਰ ਰਹੀ ਹਾਂ, ਬਿਕੋਜ਼ ਲਾਸਟ ਟਾਈਮ ਜਿੱਦਾਂ ਚਿੜੀਆਂ ਦਾ ਚੰਬਾ ਸੀਗੀ ਜਾਂ ਮੇਰੀ ਡਰਾਮੇ ਵਾਲੇ ਸੀ, ਮੈਂ ਡਿਫਰੈਂਟ ਕਰੈਕਟਰ ਪਲੇ ਕੀਤਾ, ਇਹਦੇ ਵਿੱਚ ਮੈਂ ਆਪਣੇ ਤੋਂ ਆਪੋਜ਼ਿਟ ਕੀਤਾ, ਬਟ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਹਮੇਸ਼ਾ ਪ੍ਰੈਫਰ ਕਰਦੀ ਹਾਂ ਕਿ ਆਪਣੀ ਪੰਜਾਬੀ ਇੰਡਸਟਰੀ 'ਚ ਆਪਣੀ ਪੰਜਾਬੀ ਆਡੀਅੰਸ ਨੂੰ ਜਿੰਨਾ ਵਧੀਆ ਕੰਟੈਂਟ ਔਰ ਮੈਸੇਜ ਦੇ ਸਕੀਏ। ਸੋ ਫੁੱਲ ਔਨ ਐਕਸ਼ਨ ਹੈ, ਰੋਮੈਂਸ ਹੈ, ਰਿਸ਼ਤਿਆਂ ਦੀ ਵੈਲਿਊ ਬਾਰੇ ਗੱਲ ਕੀਤੀ ਗਈ ਹੈ, ਔਰ ਜਿਨ੍ਹਾਂ ਨੂੰ ਸੰਗਰਾਂਦ ਦਾ ਮਤਲਬ ਨਹੀਂ ਪਤਾ ਉਹ ਵੀ ਪਤਾ ਚੱਲ ਜਾਏਗਾ। ਸੋ ਪਲੀਜ਼ ਗਾਇਸ, ਤੁਸੀਂ ਜਾ ਕੇ ਨੀਅਰੈਸਟ ਥੀਏਟਰ 'ਚ ਆਪਣੇ ਰਿਵਿਊਜ਼ ਦਿਓ ਔਰ ਸਾਨੂੰ ਸਪੋਰਟ ਕਰੋ। ਥੈਂਕ ਯੂ, ਥੈਂਕ ਯੂ। ਬਹੁਤ ਅੱਛਾ ਲੱਗ ਰਿਹਾ ਜੀ, ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਅਤੇ ਬੇਸਿਕਲੀ ਇਸ ਪਿਕਚਰ ਦੇ ਵਿੱਚ ਇੱਕ ਮੈਸੇਜ ਹੈ ਬਈ ਸਾਨੂੰ ਦੁਸ਼ਮਣੀਆਂ ਭੁਲਾ ਕੇ ਅਤੇ ਨਵੀਂ ਸੰਗਰਾਂਦ ਹਰ ਰੋਜ਼ ਚੜ੍ਹਾਉਣੀ ਚਾਹੀਦੀ ਹੈ ਤਾਂ ਕਿ ਹਰ ਘਰ 'ਚ ਖੁਸ਼ੀਆਂ ਖੇੜੇ ਵਸਣ ਅਤੇ ਸਾਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾਵੇ ਕਿ ਦੁਸ਼ਮਣੀ ਬਹੁਤ ਬੁਰੀ ਚੀਜ਼ ਹੈ, ਮਾਫ਼ ਕਰ ਦੇਣਾ ਚਾਹੀਦਾ ਅਤੇ ਮਾਫ਼ੀ ਮੰਗ ਲੈਣੀ ਚਾਹੀਦੀ। ਮੇਰਾ ਰੀਜ਼ਨ ਇਸ ਮੂਵੀ ਦਾ ਹਿੱਸਾ ਬਣਦਾ ਨਾ ਇੰਦਰਪਾਲ ਜੀ ਨੇ, ਬਿਕੋਜ਼ ਸ਼ਰੀਕ 2 ਇਹਨਾਂ ਨੇ ਲਿਖੀ ਸੀ। ਇੱਧਰ ਆ ਜਾਓ, ਇੰਦਰਪਾਲ ਜੀ ਸ਼ਰੀਕ 2 ਦੇ ਰਾਈਟਰ, ਜਦੋਂ
ਮੇਰੇ ਨਾਲ ਲਿਖੀ ਸੀ ਤੇ ਮੈਂ ਇਸ ਮੂਵੀ ਦਾ ਹਿੱਸਾ ਇੰਨਾ ਕਰਕੇ ਆ। ਸੋ ਥੈਂਕ ਯੂ ਸੋ ਮਚ ਕਿ ਮੈਨੂੰ ਇਹਦਾ ਹਿੱਸਾ ਬਣਾਇਆ ਔਰ ਅੱਜ ਮੈਂ ਇੱਥੇ ਖੜੀ ਆ ਤੇ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਐਕਚੁਅਲੀ ਸਰ ਤੁਸੀਂ ਫਿਲਮਾਂ ਪਹਿਲਾਂ ਵੀ ਦੇਖੀਆਂ ਹੈਗੀਆਂ, ਸਾਰਾ ਕੁਛ ਹੈ, ਉਹ ਤੋਂ ਬਾਅਦ ਅੱਗੇ ਵੀ ਦੇਖਦੇ ਰਹੋਗੇ, ਲੇਕਿਨ ਇਸ ਤਰ੍ਹਾਂ ਦੀਆਂ ਫਿਲਮਾਂ ਤੁਹਾਨੂੰ ਰੇਅਰ ਮਿਲਣਗੀਆਂ, ਬਹੁਤ ਘੱਟ ਮਿਲਣਗੀਆਂ, ਜਿਹਦੇ ਵਿੱਚ ਇਹ ਹਰ ਚੀਜ਼ ਹੋਵੇ, ਕੰਪਲੀਟ ਫਿਲਮ, ਕੰਪਲੀਟ ਸਟੋਰੀ। ਔਰ ਉਹਨਾਂ ਨੇ ਜਿਹੜੇ ਨੂੰ ਜੋ ਕਿਰਦਾਰ ਚਾਹੀਦਾ ਸੀ ਉਹਨਾਂ ਨੇ ਉਸੇ ਨੂੰ ਲਿਆ, ਇਹ ਨਹੀਂ ਕਿ ਪਕੜ ਪਕੜ ਕੇ ਖੜ੍ਹੇ ਕਰ ਦਿੱਤੇ ਹੈ, ਹਰ ਉਹ ਬੰਦਾ ਲਿਆ ਹੈ ਕਿ ਜਿਹੜਾ ਉਸ ਕਹਾਣੀ ਦੇ ਵਿੱਚ ਫਿੱਟ ਬੈਠਦਾ ਸੀ, ਇਹ ਤਾਂ ਤੁਸੀਂ ਮੰਨਦੇ ਹੋ। ਔਰ ਇਹਨਾਂ ਨੇ ਪੂਰਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।